डोर नी खोल रहे कदों दी वेट करी जाने और डैडी जी मास्टर नाना जी ने विंडो खोली है विंडो विच दी आ रहे ने सारे जने हरप्रीत विच भी बाहर गए विंडो विच दी डोर ही नहीं खोल रहे यार साडे नाल नित नवा काम हुंदा है स्नैप यम्मी है देखो इधर देखो मम्मी थोड़ी ले नंगो 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 मम्मी पुठे ही काम हुंदे अपने नाल चुप कीती वाले नाल चुप कीती नाल तो पुठे काम हो जी जी बाहर बाहर तंग करोगे फिर अच्छा हुण कोई आया गेट खोलूगा देखा डैडी जी डोर तुसी वेट करो हुणे अंदर दी आके खोलूगा डोर वो इस तरह ही हो गया साडे नाल तां ना चलो जी चलो हुण इहने ट्राई करना अंदर दी आके कमाल ही होगी भाई कमाल ही होगी जेडी अपने नाले आए का तो हुंदा ए अपने नाल ना रब ने लेके भी जदर तो विच अपन कीती वाले नाल होना बणदा अजल खवानी कुछ ना कुछ भी खत होना जरूर मेरी शिना अंदर पाऊंगी आ जा पुत्त फिर बैटरी लो बैटरी इज लो जेडी जी में अपनी हो जांदी आ चाबी चकी सही गल नहीं खुलिया बंदे हुण इधर दी सदने आ चाका मुरे कुर्सी रख लो इधर भी कुर्सी रख दे इधर भी कुर्सी रख दे चोर आ गए चोरी जारी नहीं ना की मम्मी ने कदे ਕੰਦਾ ਕੋਟੇ ਨਹੀਂ ਡੱਪੇ ਉਹ ਮੈਂ ਕਿਵੇਂ ਖੜੇ ਖੜੇ ਤੇ ਕਿਵੇਂ ਖੜੇ ਕਰ ਦੇ ਨੇ ਕਿੰਨਾ ਕਪਾਰ ਸੀ ਐ ਕਰਕੇ ਉਹ ਮਾਸਟਰ ਜੀ ਨੇ ਕੰਦਾ ਕੋਟੇ ਬਹੁਤ ਟੱਪੇ ਆ ਡਾਕੂ ਉਹ ਲਈ ਹੁੰਦਾ ਮਕੈਨਿਕੀ ਸਮਾਨ ਚਲ ਹੁਣੇ ਜੇ ਬੈਟਰੀ ਬਦਲ ਕੇ ਪਤਾ ਲੱਗਾ ਫਿਰ ਤਾਂ ਵਾਪਸ ਪਤਾ ਲੱਗ ਜੂ ਤੁਸੀਂ ਚਲੋ ਗੱਡੀਆਂ ਗੁੱਡੀਆਂ ਚ ਚਲੋ ਚਲੋ ਆ ਖੜੀਆਂ ਗੱਡੀਆਂ ਲਾ ਲਓ ਆਪਣਾ ਵੀਡੀਓ ਨਹੀਂ ਬਣਾਇਆ ਕੀ ਤਾਂ ਨਹੀਂ ਟਾਈਮ ਦਾ ਪੁੱਤ ਆਪਣੇ ਕੋਲੇ ਉੱਥੇ ਕੋਈ ਨਾ ਕਾਫੀ ਟੁੱਪੀ ਹੋਣੀ ਜੈਕਟ ਜੁਕਟ ਪਾ ਲਾ ਹੈਗੀ ਗੱਡੀ ਚ ਪਈ ਆ ਕਵਨੇ ਮੇਰੇ ਅੱਗੇ ਨਹੀਂ ਸੀ ਨਾ ਲਾ ਆਈ ਆਈ ਗੱਲੇ ਹੀ ਬਹਿ ਜਾਾਂਗੇ ਗੱਡੀ ਚ ਭੈਣ ਜੀ ਆਈ ਤਾਂ ਨਹੀਂ ਕੁੜੀ ਆ ਗਿਆ Actually, we are getting late for something, so. सारे ने लॉलीपॉप ले ले भाई स्नैप दी रीस नाल
नाम भूल जाने वो लेक ते गए सी हुण जिहड़ी इह लेक दा नेम हैगा क्यूरी क्यूरी लेक जिहड़ी केड़ी लेक इहदा नेम हैगा क्यूरी लेक ਤੇ ਉਹ ਜਿਹੜੀ ਆ ਗਿਆ ਸੋ ਆਪਾਂ ਇੱਥੇ ਪਾਰਕਿੰਗ ਲਗਾਤੀ ਆ ਪੇਡ ਪਾਰਕਿੰਗ ਸੀਗੀ ਐਂਡ ਹੁਣ ਆਪਾਂ ਅੱਗੇ ਚੱਲਦੇ ਹਾਂ ਮੇਬੀ ਜਿਹੜੀ ਤੇ ਅਰਨਵ ਜਾਣਗੇ ਅੰਦਰ ਪਾਣੀ ਦੇ ਵਿੱਚ ਪਰ ਆਪਾਂ ਨਹੀਂ ਜਾਂਦੇ ਚਲੋ ਹੁਣ ਦਿਖਾਉਂਦੇ ਹਾਂ ਉੱਥੇ ਲਾਈਫ ਜੈਕਟ ਹੈਗੀ ਤੂੰ ਸੌਖਾ ਜਾਂਦਾ ਚਲੋ ਵੀ ਆਪਾਂ ਹੱਥ ਬਹੁਤ ਸੋਹਣਾ ਵਿਊ ਆ ਬਹੁਤ ਜ਼ਿਆਦਾ ਸੋਹਣਾ ਨਜ਼ਾਰਾ ਜੀ ਸੋਹਣਾ ਮੰਮੀ ਕਿਵੇਂ ਲੱਗਦਾ ਕੁਦਰਤ ਬਹੁਤ ਸੋਹਣਾ ਇੰਨਾ ਸੋਹਣਾ ਕਿ ਮਨ ਖੁਸ਼ ਹੁੰਦਾ पानी भी नहीं पवन दिन पसंद आया ठंडा है डैडी ठंडा आ देखो निके निके बेबी कि स्नैप भी तुरदा आ निके निके बेबी हां जी मैं ला दिनी आ गए भाई बंदे बिच तुसी जाओ पानी एडा भी ठंडा नहीं दांद तेरे नहीं बजन लागे ਹਰਪੀ ਵੀਰ ਜੀ ਦਾ ਪੂਰੇ ਆ ਪਾਣੀ ਜੈਸੀ ਬਣੇ ਦੰਦ ਉਹਦੇ ਵਜਨ ਲੱਗ ਲੈ ਤੇ ਇਹਦੇ ਸ਼ਰਟ ਸ਼ਰਟ ਨਾ ਗਿੱਲੀ ਕਰੀ ਦੇਖੋ ਜੈਕਟ ਨਹੀਂ ਨਾ ਪਾ ਕੇ ਧਿਆਨ ਨਾਲ ਇੱਥੇ ਆ ਕੇ ਫੜਾ ਦੇ ਜਿਹੜੀ ਫਿਰ ਡਿੱਗ ਜੂਗੀ ਮੈਂ ਜੈਕਟ ਪਾ ਕੇ ਆਇਆ ਲੈ ਮੈਨੂੰ ਉੜਾ ਦੇ ਮੈਂ ਕਿਹੜਾ ਵੇਚਣਾ ਨਹੀਂ ਬਸ ਆ ਵੀ ਮੈਂ ਪਾਣੀ ਦਾ ਸਾਫ ਆ ਉਹੀ ਤਾਂ ਗੱਲ ਆ ਬਾਲਾ ਸਾਫ ਆ ਪਾਣੀ ਇਹਨਾਂ ਨੂੰ ਬੜਾ ਪਤਾ ਯਾਰ ਅਰੇ ਦੂਗਾ ਵੀ ਹੈ ਨਹੀਂ ਯਾਰ ਲੈ ਵੀ ਸਾਨੂੰ ਇੱਥੇ ਕੋਈ ਫਨ ਨਹੀਂ ਹੋ ਰਿਹਾ ਪਰ ਜਿਹੜੀ ਉਹਨਾਂ ਨੂੰ ਮਜ਼ਾ ਆ ਰਿਹਾ ਮਾਰਸ਼ਾਲਰ ਨੂੰ ਦੇਖੀ ਜਾਊ ਇੱਕ ਵਾਰੀ ਚੁੱਭੀ ਮਾਰਦੇ ਠੰਡੇ ਠੰਡੇ ਚ ਖੜ ਜਾ ਦੇ ਵੈਸਟ ਦੋ ਲਿਆਓ ਇੱਕ ਛੋਟੀ ਇੱਕ ਮੇਰੇ ਜਿੱਤ 3 2 1 ਠੰਡਾ ਹਰਨੋ ਕਹਿੰਦਾ वेस्ट ले आओ भाई भाई की हो गया तेरे अभी दंत बची जाते हो आ जाओ रे तू भी जेड़ी ठंड लग रही है ਫੋਨ ਲੱਭਿਆ 1000 ਡਾਲਰ ਦਾ ਤੂੰ ਕਹਿੰਦੀ ਵੜੋ ਨਾ ਆ ਦੇਖੋ ਕਿਹੜਾ ਕਿਹੜਾ ਉਹ ਨਹੀਂ ਲੈ ਲਈ ਓਏ ਮੇਰੇ ਨਾਲ ਬਾਲੀ ਮਾੜੀ ਹੋਣੀ ਜਿਹੜੀ ਮੈਂ ਇੱਥੇ ਡਿੱਗ ਪਿਆ ਮੈਂ ਸਾਰੇ ਡਿੱਗਣੇ ਸਾਰੇ ਵੱਡੂਆ ਦੇਖੀ ਮੈਂ ਛੋਟੀ ਲੱਗਦੀ ਆ ਹਾਂ ਯਾਰ ਦੇ ਫਿਰ ਵੱਡੀਆਂ ਆ ਯਾਰ ਐਕਸਟਰਾ ਸਮਾਲ ਇਹਦਾ ਐਕਸਟਰਾ ਸਮਾਲ ਆ ਵੱਡੀ ਚੱਕਣੀ ਸੀ ਲਾਰਜੀ ਨਹੀਂ ਮੈਂ ਤਾਂ ਹਾਰਨ ਵਾਸਤੇ ਲੈ ਕੇ ਆ ਥੋੜੀ ਵੱਡੀ ਆ ਉਹ ਉੱਧਰ ਦੇਖਦੇ ਆ ਵੀ ਸ਼ਨੈਲ ਕੀ ਕਰਦੀ ਆ ਸ਼ਨੈਲ ਆਪਦਾ ਹੀ ਕੁਝ ਲੱਲੇ ਪੱਬੇ ਕਰੀ ਜਾਂਦੀ ਆ ਸ਼ਨੈਲ ਤੂੰ ਕੀ ਕਰਦਾ ਓਏ ਉੱਪਰ ਚੜਦਾ ਓਏ ਪਾਣੀ ਦਾ ਬੜਾ ਸਾਫ ਆ ਪਪਨੇ ਚਲੋ ਪਾਣੀ ਬਹੁਤ ਸਾਫ ਆ ਹਾਂ ਬਹੁਤ ਸਾਫ ਆ ਸ਼ਾ ਕਿੱਥੇ ਚੜਦਾ ਪੁੱਤ ਤੂੰ ਟ੍ਰੀ ਤੇ ਚੜਦਾ ਚੜ ਜਾ ਸੈਲੀ ਦੇਖੀ ਆ ਗਈ ਤੇਰੇ ਕੋਲ ਆ ਗਈ ਨਹੀਂ ਨਹੀਂ ਪੁੱਤ ਨਾ ਛਾਲਾ ਮਾਰ ਓ ਡਿੱਗਿਆ ਸ਼ਨੈਲ ਬਸ ਚਿੜੀਆਂ ਮਗਰੀ ਫਿਰਦਾ ਸ਼ਨੈਲ ਚਿੜੀਆਂ ਫੜਦਾ ਇੱਥੇ ਸਾਰੇ ਆਪਦੇ ਆਪਦੇ ਕੰਮ ਹੀ ਲੱਗੇ ਹੋਏ ਨੇ ਡੈਡੀ ਇਹਦਾ ਪਾਣੀ ਚ ਸ਼ਨੈਲ ਚਿੜੀਆਂ ਮਗਰ ਸ਼ਾ ਚਿੜੀ ਫੜ ਲੋ ਚਿੜੀ ਚਿੜੀ ਆ ਜੋ ਉਹ ਚਿੜੀ ਤਾਂ ਉਹ ਗਈ ਇੱਧਰ ਦੀ ਚਿੜੀ ਉਹ ਚਿੜੀ ਤਾਂ ਇੱਧਰ ਗਈ ਪੁੱਤ ਚਲੋ ਅਰੇ ਵੀਰ ਕੀ ਕਰਦਾ ਉਹ ਡੈਡੀ ਕੀ ਕਰਦਾ ਸਨੈਲ ਕਹਿੰਦੀ ਮੈਂ ਕੱਪੜਿਆਂ ਸਮੇਤ ਨਹਾਉਂਗੀ ਲੇਕ ਦੇ ਵਿੱਚ ਦੇਖੋ ਅਰਨਵ ਤੇ ਉਹ ਮਾਨਤ ਨੇ ਦੇਖੋ ਦੇਖੋ ਉਹ ਦੇਖੋ ਉਧਰ ਨਹਾਈ ਜਾਂਦੇ ਆ ਲੇਕ ਦੇ ਵਿੱਚ ਬਈ ਮਾਨਤ ਵੀ ਨਹਾ ਰਹੀ ਹੈ ਉਧਰ ਅਰਨਵ ਵੀ ਲਾ ਕੇ ਗਿਆ ਇੱਕ ਚੁੱਭੀ
किले सोने देखो पहाड़ बड़े सोने लगे सानू पता नहीं वीडियो दे विच क्लियर दिखदे भी आ या नहीं नहीं जिवें कुदरत ने है ना वीर जी कुदरत दे बने हुए आ ये सारा जी व्यू किन्ना सा अपना देखे फ्रंट वाला ग्लास किन्ना ज्यादा खराब हो गया ना आए लगदा सी जिवें कट ओ पहाड़ देख किड्डा वड्डा आया है करके जांदा उत्ते नु किवें किवें करके आए करके देख तू पूरा सीनरी देख किन्नी सोहनी बनदी है बहुत सोहना भाई पहाड़ा जवानी वे उची चोटी केड़ी है माउंट एवरेस्ट माउंट एवरेस्ट से पहला बंदा कौन चढ़िया तेन याद है भूल गई मैं कल्पना चावला कि ਨਹੀਂ ਹੋਰ ਨਾ ਹੁੰਦਾ ਸੀ ਨਾ 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 ਇਹੀ ਸੀ ਜੀ ਪੱਕਾ ਸੱਚ ਮਾਰ ਘਰ ਬਣਾ ਹੁਣੇ ਮੈਂ ਹੁਣੇ ਮੈਂ ਮਾਰ ਦਿਆ ਸਰਚ ਫਿਰ ਦੇਖਦੇ ਆ ਮਾਉਂਟ ਐਵਰੈਸਟ ਤੇ ਮੈਨੂੰ ਲੱਗਦਾ ਉਹ ਨੀਲ ਆਰਮਸਟਰੋਂਗ ਤਾਂ ਚੰਦ ਤੇ ਗਿਆ ਸੀ ਨਾ ਦੇਖ ਲੈ ਕੱਟੇ ਚਲ ਠੀਕ ਆ ਹੁਣੇ ਆਪਾਂ ਪਤਾ ਲੱਗ ਜੂਗਾ ਬਾਈ ਟੀਚਰ ਦਾ ਸਵਾਲ ਕਹੀਂ ਗਲਤ ਹੋ ਸਕਦਾ ਮਾਉਂਟ ਐਵਰੈਸਟ ਤੇ ਪਹਿਲਾ ਬੰਦਾ ਕੌਣ ਚੜਿਆ ਸੀਗਾ ਮੈਂ ਦੱਸਦੀ ਆ ਭਾਈ ਤੁਸੀਂ ਵੀ ਸਾਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਜਿਹਨੂੰ ਪਤਾ ਹੋਵੇ ਵੀ ਮਾਉਂਟ ਐਵਰੈਸਟ ਤੇ ਪਹਿਲਾ ਬੰਦਾ ਕੌਣ ਚੜਿਆ ਸੀਗਾ ਓਕੇ लंघ चले पहला भी बहुत बारी आ चुके हैं बैंफ ठीक है जी सो हुण पिछली बार आपां गंडोला राइड ते गए सीगे हुण इस बार आपां उत्थे नहीं जांदे इस बार आपां कुछ नवा एक्सप्लोर करांगे नवा एक्सप्लोर करन दे चक्कर दे विच जेड़ी ने सानू किसे खाली जी जगह ते लै जाणा उत्थे असीं ते मूंह वल देखी जाणा ते इहने डुबकी जी ला के पानी दे विच दी आ जाणा सो साडा कोई फन नहीं हुंदा उत्थे हुण आपां डाउन टाउन चलांगे मे बी आपां स्कूटर चलावांगे नहीं दिख रही मैनूं यार किहदी आपी दी जणो दी कोई ना उन्होंने आई जाना जेडी क्योंकि वह अपने पिछे पिछे की पता अपने तो अगे हो क्योंकि नैविगेशन तो उन्होंने पाया ही हो फ्री पार्किंग सी इतने पिछे एट ट्रेन स्टेशन की एट ट्रेन स्टेशन देखो पहाड़ पहाड़ देखो कितना तिखा सामने इंडिया जब पहाड़ आए बनाते होंगे सके आए तिखा 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 असल पहाड़ आए होंगे ठंड काफी हो गई सी चलो इथे आए सी आपां बैंफ ते इथे सानू सोहना जिहा लग्गिया सीगा सोहना आ ओह लेक देख इन्नी सोहनी आ उधर टैंकी कोले फुल लगा तो हुंदे सी सच्ची गल जेड़ी इंडिया टैंकी कोले फुल लगा तो हुंदे सी मैनूं दसेगा प्लीज मारो डैडी जी तुसीं बैठो चलो मैं फोटो खिच दूं आ लेक सोहणी आ जेड़ी इत्थे लगदा व्यू सोहणा है ना आ पापा ते जेड़ी इधर नाल होणा इधर देख अच्छा इधर वाला सोहणा चलो बहुत मेहनत साडी ओ उथे खड़ के वीडियो बनाई है डैडी जी ने बेचारियां ने तोने लंबे लंबे साल है पूरी ठंड जमा लगन हो रहे नहीं लंबे साल है जेड़ी जेड़ी लंबे साल लो यार जेड़ी ना जेड़ी ओ देख जेड़ी जेड़ी साडी चारां दी फोटो करे जेड़ी ओ बद्दल देखी जेड़ी ओ बद्दल देखी प्लीज किदा बद्दल आ मेरी गल कोई नहीं सुनदा मेनू कोई नहीं बुलाउंदा जो बाद आ गए इतने निका जा पार्क सीगा बच्चे अपने तुहानू पता ही शनैल हुणी वो कहिंदे वी असीं पार्क च जाणा ते शनैल पूरियां स्लाइड्स लै रही आ ਉਹ ਤਾਂ ਹੁਣ ਹਰਪ੍ਰੀਤ ਜੀ ਚਲੋ ਤੁਸੀਂ ਅਮਾਨਤ ਤੇ ਸ਼ਨੈਲ ਦਾ ਮੁਕਾਬਲਾ ਕਰਾਉਣਾ ਆਜੋ
ਕੋਈ ਨਾ ਪੁੱਤ ਕੋਈ ਨਾ ਕੁਛ ਨਹੀਂ ਹੋਇਆ ਸਨੈਲ ਉਹ ਚ ਬੜੀ ਸੋਹਣੀ ਰਾਈਡ ਲੈਂਦੀ ਆ ਉਹਦੇ ਵਿੱਚ ਆ ਜਾ ਸਨੈਲ ਫਿਰ ਤੈਨੂੰ ਉਧਰ ਰਾਈਡ ਦਵਾ ਕੇ ਲਿਆਮ ਆ ਜਾ ਮਾਨ ਆ ਜਾ ਤੈਨੂੰ ਰਾਈਡ ਦਵਾ ਕੇ ਲਿਆਮ ਮਾਨ ਤਾਂ ਸਨੈਲ ਆ ਜਾ ਪੁੱਤ ਆ ਜਾ ਫਿਰ ਤੂੰ ਰਾਈਡ ਸਲਾਈਡ ਲੈ ਲਾ ਇੱਕ ਵਾਰ ਇੱਕੋ ਜਿਹਾ ਕਰ ਲਓ ਸਲਾਈਡ ਲੈ ਆਓ ਜਾਂ ਨੰਗ ਨਾ ਨੰਗ ਜੋ ਸਲਾਈਡ ਲੈ ਲਓ ਇਦੋਂ ਤਾਂ ਚੜ ਜਾਓ ਆ ਇੱਥੋਂ ਚੜ ਜਾ ਸਨੈਲ ਇੱਥੇ ਚੜ ਗਿਆ ਸਨੈਲ ਓਏ ਨੋ ਗੰਦਾ ਪਲੱਸ ਇੱਕ ਕਰਨ ਲਾਵਾ ਡੱਬਾ ਬਸ ਬਹੁਤ ਉਹ ਜਿਹੜੇ ਮਰਜ਼ੀ ਮੰਨ ਲਾ ਸਰਕਲ ਦੋ ਜਿਹੜਾ ਮਰਜ਼ੀ ਰੱਖ ਲਾ ਇਹਨੇ ਕ ਐਕਸ ਦੇ ਦੇ ਇਹਨੂੰ ਐਕਸ ਦੇ ਦੇ ਠੀਕ ਹੈ ਤੇਰੇ ਐਕਸ ਹੈ ਮੇਰੇ ਜ਼ੀਰੋ ਚਲ ਹੁਣ ਸਟਾਰਟ ਕਰ ਮੇਰੀ ਐਕਸ ਹਾਂ ਐਕਸ ਮੇਰੀ ਜ਼ੀਰੋ ਆ ਨਾ ਸੁਨੈਲ ਉਹ ਦੇ ਲੈ ਸਨੈਲ ਸਨੈਲ ਕੀ ਕਰਦਾ ਚਲੋ 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 ਅੱਛਾ ਇਹ ਚ ਜਾਂਦੀ ਆ ਬਹੁਤ ਖਰਾਬ ਆ ਬੰਦਾ ਚੱਲ ਬਲੈਕ ਹੋਲ ਚੱਲ ਚੱਲ ਸੁਨੈਲ ਦਾ ਫਨ ਹੋ ਗਿਆ ਅਰਨਾ ਵੀ ਆ ਗਿਆ ਆਪੇ ਆਊਗੀ ਆਪੇ ਆਉਂਦੀ ਅਗਲੀ ਦੇਖੋ ਨਿੱਕਾ ਨਿੱਕਾ ਟਾਊਨ ਆ ਲੋਕੀ ਥੋੜੇ ਥੋੜੇ ਫਿਰਦੇ ਆ ਪੂਰੀ ਵਧੀਆ ਫੀਲਿੰਗ ਆ ਸਾਰੇ ਟੂਰਿਸਟ ਆ ਵਾਕਿੰਗ ਕਿੰਨਾ ਵਧੀਆ ਲੱਗ ਰਿਹਾ ਹਨਾ ਫ੍ਰੀ ਫਰੈਸ਼ ਹੋ ਗਿਆ ਮਾਈਂਡ ਹਾਂ ਆ ਜਾਓ ਵੀ ਉਹ ਦੇਖੋ ਵਾਕਿੰਗ ਇਨ ਡਾਇਰੈਕਸ਼ਨ ਆ ਯਾਰ ਅੱਛਾ ਸਾਰਾ ਤੁਰ ਕੇ ਵਾਲਾ ਹੀ ਆ ਗੱਡੀਆਂ ਤਾਂ ਬੰਦ ਆ ਇਹਦੇ ਇਧਰ ਤੁਰ ਕੇ ਜਾ ਸਕਦੇ ਆ ਆ ਜਾਓ ਫਿਰ ਵਿਚਾਲੇ ਆ ਜਾਓ ਫਿਰ ਇਹ ਅੱਜ ਤੱਕ ਖੁੱਲੇ ਹੋ ਗਏ ਤਾਂ ਹੋਰ ਵੀ ਬੜਾ ਜਾ ਉਹ ਦੇ ਸੀਟਾਂ ਹਾਏ ਹਾਏ ਕਿੰਨਾ ਵਧੀਆ ਲੱਗ ਰਿਹਾ ਸੜਕ ਦੇ ਵਿਚਾਲੇ ਬੈਠੋ ਹਨਾ ਲੈ ਵੀ ਬੰਦ ਕੀਤੀ ਸਹੀ ਗੱਲ ਡੈਡੀ ਜੀ ਆਜੋ ਵੀਰ ਬੁਲਾਈਏ ਮੱਕੀ ਦੀ ਰੋਟੀ ਜੀ ਬਿਲਕੁਲ ਨਾਲ ਲੱਸੀ ਦੇ ਨਾਲ ਸਲਾਦ ਕੱਟ ਕੇ ਦੇਵਾਂਗੇ ਜੀ ਆਜੋ ਆਜੋ ਹਾਂ ਜੀ ਪੰਜਾਬ ਜੀ ਪਹਿਲੀ ਦੇਖ ਰਹੇ ਸੂਟ ਸਲਵਾਰ ਦੇ ਵਿੱਚ ਤੁਸੀਂ ਆ ਰਹੇ ਹੋ ਚੁੱਪ ਕੀਤੀ ਤਾਂ ਬੰਦਿਆਂ ਨੇ ਆਉਣਾ ਮੈਂ ਹੁਣ ਉਹਨੂੰ ਪਤਾ ਲੱਗਾ ਮੇਰੇ ਦਿਮਾਗ ਚ ਆ ਗਿਆ ਇਹ ਨਾ ਭਵਾਨੀਗੜ੍ਹ ਤੋਂ ਫੁੱਲਾਂ ਦੀ ਦੁਕਾਨ ਦੀ ਉੱਥੇ ਫੁੱਲਾਂ ਦੀ ਦੁਕਾਨ ਦੀ
ਸਰਦੀਆਂ ਆ ਰਹੀਆਂ ਨੇ, ਤੁਹਾਨੂੰ ਮਹੂਰਤ ਕਰਾਉਣੇ ਆ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਨਾਲ ਲੱਸੀ ਦੇ ਗਲਾਸ। ਮੇਰਾ ਸੱਚੀ ਜੀ ਕਰ ਰਿਹਾ ਸਾਗ ਖਾਣ ਬੋਲਣ ਦਾ ਹੀ ਪੈਸੇ ਕਿੰਨੇ ਦਿੰਦੇ ਆ? ਬੋਲਣ ਦਾ ਤਾਂ ਨੀ, ਦੇਖੋ ਗੱਲ ਤਾਂ ਇਹ ਹੈ ਵੀ ਮੈਂ ਤੁਹਾਨੂੰ ਮਾਰਕੀਟਿੰਗ ਆ ਜੀ। ਦੇਖੋ ਸਾਡਾ ਮੁਕਾਬਲਾ ਬੜਾ ਟਫ ਆ, ਦੇਖੋ ਇੱਥੇ ਚਾਈਨੀਸ ਮਤਲਬ ਹੈ ਨਾ, ਇੱਧਰ ਗੋਰੇ ਆ ਉੱਧਰ ਸਿਖਾਇਆ ਮੈਂ ਸਾਗ ਨਾਲ ਮੱਕੀ ਦੀ ਰੋਟੀ ਖਵਾਉਣੀ ਵੀ ਮੇਰੀ ਦੁਕਾਨ ਹੈ ਜੀ, ਬਿਲਕੁਲ ਹਾਂਜੀ ਹਾਂਜੀ ਹਾਂਜੀ। ਕਿੰਨੀਆਂ ਕੁਲਫੀਆਂ ਚਾਹੀਦੀਆਂ ਨੇ ਜੀ? ਸਮਾਨ ਆ ਗਿਆ ਵੀ, ਟਾਊਨ ਹਾਊਸ ਲਿਕਰ ਸਟੋਰ ਆ ਗਏ ਸੀਗੇ ਤੇ ਓਦਾਂ ਹੀ ਹਰਪ੍ਰੀਤ ਜੀ ਨੇ ਇੱਕ ਵਾਈਨ ਜੀ ਲੈਣੀ ਸੀਗੀ। ਅਸੀਂ ਕਿਹਾ ਵੀ ਵਾਈਨ ਲੈ ਲਈਏ, ਫਿਰ ਇਹ ਪੂਰਾ ਚਿੱਲ ਕਰ ਦੇਣਗੇ ਨਾ ਹੋਟਲ 'ਚ ਬੈਠ ਕੇ। ਹਰਪ੍ਰੀਤ ਵੀਰ ਜੀ ਪੂਰਾ ਚਿੱਲ ਕਰੋਗੇ ਹੈ ਫਿਰ ਨੱਚੂਗਾ, ਉੱਥੇ ਖੜ ਕੇ ਨੱਚੂਗਾ, ਖੜ ਕੇ ਨੱਚੂਗਾ ਸੁਨੈਲ। ਚਲੋ ਵੀ ਬਹੁਤ ਜ਼ਿਆਦਾ ਰਾਤ ਹੋ ਗਈ, ਹੁਣ ਆਪਾਂ ਡੇ ਦਾ ਕਰਾਂਗੇ ਐਂਡ ਥੋੜ੍ਹੇ ਟਾਈਮ ਨੂੰ। ਐਂਡ ਆਪਾਂ ਆ ਗਏ ਹੁਣ ਕਿਜ਼ੀਨ ਆਫ ਇੰਡੀਆ, ਇੰਡੀਅਨ ਔਥੈਂਟਿਕ ਕਿਜ਼ੀਨ, ਠੀਕ ਆ ਜੀ। ਇੱਥੇ ਆਪਾਂ ਖਾਵਾਂਗੇ ਸਵਾਦ ਸਵਾਦ ਚੀਜ਼ਾਂ, ਅਤੇ ਨਾਲ ਹੀ ਹੈਗਾ ਜੀ ਬੋਸਟਨ ਪੀਜ਼ਾ, ਉੱਥੋਂ ਆਪਾਂ ਜਵਾਕਾਂ ਦੇ ਲਈ ਚੱਕਿਆ ਹੈਗਾ ਪੀਜ਼ਾ। ਐਂਡ ਹੁਣ ਆਪਾਂ ਖਾਵਾਂਗੇ ਇੱਥੇ ਸਵਾਦ ਸਵਾਦ ਚੀਜ਼ਾਂ। ਆ ਜਾਓ ਜੀ ਅੰਦਰ। ਆਪਣਾ ਰੈਸਟੋਰੈਂਟ ਆਏ ਸੀ, ਬੜਾ ਸੋਹਣਾ ਇੰਡੀਅਨ ਰੈਸਟੋਰੈਂਟ ਬਣਾਇਆ ਬੈਂਫ ਦੇ ਵਿੱਚ, ਅਤੇ ਬੜੀਆਂ ਸੋਹਣੀਆਂ ਸੀਨਰੀਜ਼ ਲਾਈਆਂ ਦੇਖ, ਜੈਪੁਰ ਸਟਾਈਲ ਰਾਜਸਥਾਨ ਦੀਆਂ ਨਾ, ਬਹੁਤ ਸੋਹਣੀਆਂ ਸੀਨਰੀਜ਼ ਆ। ਹਾਂਜੀ ਹਾਂ ਲਾ ਸਕਦੇ ਹਾਂ, ਬਹੁਤ ਸੋਹਣੀਆਂ, ਹਾਂ ਬਹੁਤ ਸੋਹਣੀਆਂ ਸੀਨਰੀਜ਼ ਆ, ਜੈਪੁਰੀ ਸਟਾਈਲ ਆ ਸਾਰੀਆਂ। ਰੋਜ਼ ਨਵੀਂ ਚੀਜ਼ਾਂ ਆਪਾਂ ਐਕਸਪਲੋਰ ਕਰਦੇ ਨਾ, ਫਿਰ ਬਹੁਤ ਕੁਛ ਪਤਾ ਲੱਗਦਾ ਦੇਖ ਲਓ ਉਹਨਾਂ ਕਿੰਨਾ। ਪਰ ਸਾਨੂੰ ਇੱਥੇ 1 ਆਵਰ ਦੀ ਵੇਟਿੰਗ ਕਿਹਾ ਉਹਨਾਂ ਨੇ, ਨਾਲੇ ਇੰਨਾ ਜ਼ਿਆਦਾ ਬਿਜ਼ੀ ਨਹੀਂ ਹੈਗਾ ਤਾਂ ਵੀ 1 ਆਵਰ ਦੀ ਵੇਟਿੰਗ ਕਿਹਾ। ਹਵੇਲੀ ਟਾਈਪ ਫੀਲਿੰਗ ਆ ਰਹੀ ਹੈ ਮੈਨੂੰ, ਚਲੋ ਜੀ ਬੈਕ ਕਰਨਾ ਪੈਣਾ ਯੂ ਟਰਨ। ਇਹ ਵੀ ਆਪਣੇ ਟਾਈਪ ਦਾ ਰੈਸਟੋਰੈਂਟ, ਤੋਂ ਨਿੱਕਾ ਜਿਹਾ ਰੈਸਟੋਰੈਂਟ ਸੀਗਾ, ਈਸਟ ਇੰਡੀਅਨ ਕੁਜ਼ੀਨ ਸਪਾਈਸ ਹੱਟ। ਇੱਥੇ ਆਪਾਂ ਨੇ ਖਾਣਾ ਸਵਾਦਿਸ਼ ਸਵਾਦਿਸ਼ ਖਾਣਾ, ਮਿਰਚਾਂ ਲੱਗੀਆਂ ਹੋਈਆਂ ਉਹ ਤੋਂ ਮੰਨ ਲਾ, ਮਿਰਚਾਂ ਹਰ ਮਨ ਦੇ ਪਸੰਦ ਦਾ, ਮਿਰਚਾਂ ਲੱਗਣੀਆਂ ਆ ਗਏ ਬਈ। ਚਲੋ ਬਈ ਸਾਰੇ ਜਣੇ ਹਮਲਾ ਬੋਲ ਦੋ ਹੁਣ ਸਪਾਈਸ ਹੱਟ ਤੇ। ਮੈਨੂੰ ਨੈਟ ਤੋਂ ਲੱਭਿਆ, ਮੇਰੇ ਕੋਲ 3-3 ਫੋਨ ਨੇ, ਦੋ ਆ ਇੱਕ ਚ ਮੈਂ ਫੋਨ ਬਣਾ ਰਹੀ ਹਾਂ। ਡੈਡੀ ਕਿਹਨੇ ਲੱਭਿਆ ਰੈਸਟੋਰੈਂਟ? ਹਰਮਨ ਮੈਂ ਤਾਂ ਤੇਰਾ ਬਾਲ ਫੈਨ ਹੈ। ਬਸ ਬਸ ਬਾਲੀ ਵਧੀਆ ਚੀਜ਼ ਲੱਭਦੀ ਹੈ।
ਭੁੱਖ ਬਹੁਤ ਲੱਗੀ ਆ ਸੱਚੀ ਹੁਣ ਮੈਂ ਤਾਂ ਖਾਣਾ ਹਲੋ ਡੈਡੀ ਜੀ ਤੁਹਾਡਾ ਫੋਨ ਮੇਰੇ ਹੱਥ ਚ ਸੀਗਾ ਆਪਾਂ ਸਾਰੇ ਆ ਗਏ ਸੀਗੇ ਹਲੇ ਆਪਣੇ ਨਾ ਪੀਜ਼ਾ ਚੱਕ ਲਿਆਂਦਾ ਸੀ ਐਕਚੁਅਲੀ ਇੱਥੇ ਉਹ ਕਹਿੰਦੇ ਨਾ ਇੱਥੇ ਬਾਹਰਲਾ ਫੂਡ ਅਲਾਊਡ ਨਹੀਂ ਹੈਗਾ ਹੁਣ ਪਵਨ ਦੀ ਹੋਰੀ ਸਾਰੇ ਜਣੇ ਆਰਨਾ ਹੋਰੀ ਬਾਹਰ ਜਾਣੇ ਖਾਣ ਗਏ ਹੋਇਆ ਬਈ ਆਪਣੇ ਨਾਨ ਦੇਖੋ ਅੱਜ ਡਿਫਰੈਂਟ ਟਾਈਪ ਤੇ ਆਏ ਨੇ ਦੋ ਵੀ ਆ ਗਏ ਇੱਕ ਤਾਂ ਮਸਾਲਾ ਇੱਥੇ ਰੱਖੋ ਵਨ ਸ਼ਾਈ ਆ ਗਿਆ ਬਹੁਤ ਸੋਹਣਾ ਵੇ ਫੂਡ ਪਾਪਾ ਯਮੀ ਆ ਖਾ ਕੇ ਪਤਾ ਲੱਗਿਆ ਪਾਪਾ ਥੋੜੇ ਜਿਹਾ ਰਾਈਸ ਵੀ ਕੀਤੇ ਸੀਗੇ ਆਪਣਾ ਮੈਂ ਕਿਹਾ ਰਾਈਸ ਖਾ ਕੇ ਤੁਸੀਂ ਥੋੜਾ ਜਿਹਾ ਤੁਹਾਨੂੰ ਵਧੀਆ ਫੀਲ ਹੋਊਗਾ ਆਪਾਂ ਸਾਰੇ ਲਵਾਂਗੇ ਰਾਇਤਾ ਨਹੀਂ ਸਬਜ਼ੀ ਵੀ ਬਹੁਤ ਸੋਹਣੀ ਆ ਜਿਹੜੀ ਬਹੁਤ ਸਵਾਦ ਆ ਨਾ ਚਲ ਦੇਖੋ ਪਾਪਾ ਨਾਨ ਕਿਵੇਂ ਲੱਗਿਆ ਤੁਹਾਨੂੰ ਪਾਪਾ ਕਿਵੇਂ ਲੱਗਿਆ ਟੇਸਟੀ ਸਨੈਲ ਦੇ ਹਾਂ ਬਈ ਆਪਾਂ ਤਾਂ ਬਹੁਤ ਜ਼ਿਆਦਾ ਰੱਜ ਪੁੱਜ ਲਏ ਪਵਨ ਨੇ ਕਿਵੇਂ ਲੱਗਿਆ ਪਵਨ ਨੇ ਮਹਿਸੂਸ ਹੋ ਲੱਗਿਆ ਫੂਡ ਕਿਸੇ ਨੇ ਦੇਖੋ ਜਿਹਦੇ ਮੂਹਰੇ ਤੇ ਆਇਆ ਉਹਨੂੰ ਪੇ ਕਰਨਾ ਪਊ ਖਾਉਂਗੀ ਆ ਲੈ ਲੋ ਖਾਲੀ ਕਿਤੇ ਤੈਨੂੰ ਉਹ ਖਾਲੀ ਕਿਤੇ ਚਲੋ ਸਹੀ ਗੱਲ 10ਾਂ ਚੋਂ 8 ਮੇਰੇ ਨੰਬਰ ਆ ਤੇ ਫਿਰ 10ਾਂ ਚੋਂ 10 ਜਿਹੜੀ 10ਾਂ ਚੋਂ 8 ਪਵਨ ਦੀ 10ਾਂ ਚੋਂ 5 ਸਾਰਿਆਂ ਨੂੰ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਡੈਡੀ ਜੀ ਨਾ ਫੋਨ ਤੋਂ ਕੱਢ ਕੱਢ ਕੇ ਫੇਸਬੁੱਕ ਤੋਂ ਕੱਢ ਕੱਢ ਕੇ ਕੋਰਸ ਪੜ ਪੜ ਸੁਣਾਈ ਜਾਂਦੇ ਨੇ ਇਹਨਾਂ ਨੂੰ ਪ੍ਰਭਾਵਿਤ ਕਰੀ ਜਾਂਦੇ ਆ ਇਹਨਾਂ ਨੂੰ ਉਹ ਦੇਖ ਸ਼ਨੈਲ ਤਿਆਰੀਆਂ ਨੇ ਸਵੇਰੇ 7 ਵਜੇ ਉੱਠ ਕੇ ਆਪਣੇ ਹੌਟ ਟੱਬ ਦੇ ਵਿੱਚ ਜਾਣਾ ਆ ਠੀਕ ਹੈ ਜੀ ਓਕੇ ਆਪਣੇ ਗਰਮ ਕਰ ਲਿਆ ਅਸੀਂ ਦੁੱਧ ਤੇ ਹੁਣ ਸ਼ਨੈਲ ਰੋਂਦਾ ਆ ਆਪਾਂ ਉੱਪਰ ਤੁਹਾਨੂੰ ਦਿਖਾਉਂਦੇ ਹੁਣ ਆਪਣਾ ਨਾ ਨਵਾਂ ਹੋਟਲ ਮਿਲ ਗਿਆ ਸੀ ਤੁਹਾਨੂੰ ਦੱਸਿਆ ਸੀ ਨਵਾਂ ਰੂਮ ਮਿਲ ਗਿਆ ਸੀਗਾ ਕਿਉਂਕਿ ਉਹ ਰੂਮ ਆਪਣਾ ਲੌਕ ਹੋ ਗਿਆ ਸੀਗਾ ਆ ਲੈ ਦੁੱਧ ਖੁਸ਼ ਹੋ ਗਿਆ ਦੋਨੇ ਲੈ ਲਓ ਇਹ ਦੋਨੇ ਉਹ ਅਸੀਂ ਦਿੰਦੇ ਕਿਸੇ ਨੂੰ ਨਹੀਂ ਨਹੀਂ ਕਰ ਕਿਸੇ ਨੂੰ ਨਾ ਅਸੀਂ ਦਿੰਦੇ ਵੀ ਇਹ ਚ ਕਿਹੜਾ ਕਿਹੜਾ ਹੁਣ ਪਿਆਉਣਾ ਕਿਹੜਾ ਆਏ ਨਹੀਂ ਹਾਏ ਉਹ ਤਾਂ ਸੱਚ ਆਪਣੇ ਨਵੇਂ ਹੀ ਪਾ ਲਿਆ ਦੋਨੇ ਅੱਛਾ ਫਿਰ ਠੀਕ ਕੀ ਹੋ ਗਿਆ ਚਲੋ ਵੀ ਹਾਂਜੀ ਨਹੀਂ ਨਹੀਂ ਸੀ ਮੰਮੀ ਇਹ ਨਹੀਂ ਸੀ ਮੰਮੀ ਹੇ ਮਾਂਦ ਕੀ ਕਰ ਜਾਨੀ ਆ ਓਕੇ ਥੋੜਾ ਰੂਮ ਆ ਮੰਮੀ ਇਹ ਤਾਂ ਲਾ ਚਾ ਤੇ ਡੈਡ ਨੂੰ ਦਵਾਈ ਹੇ ਸਾਰੇ ਜਣੇ ਨੂੰ ਬਾਏ 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 ਓਕੇ ਚਲੋ ਭਾਈ ਨਾਈਟ ਸੂਟ ਵੀ ਚੇਂਜ ਕਰ ਲਿਆ ਚਲੋ ਇਹ ਹੈਗਾ ਜੀ ਸਾਰੀ ਦੁਨੀਆ ਨਾਲੋਂ ਸੁਸਤ ਇਨਸਾਨ ਦੁਨੀਆ ਦਾ ਸਾਰਿਆਂ ਨਾਲੋਂ ਸੁਸਤ ਇਨਸਾਨ ਇਹਨੇ ਹੁਣ ਵਰਲਡ ਗਿਨੀਜ਼ ਬੁੱਕ ਦੇ ਵਿੱਚ ਰਿਕਾਰਡ ਬਣਾ ਹੀ ਦੇਣਾ ਹੈ ਐਂਡ ਸਾਰੇ ਹੀ ਖਰਾਬ ਘਰ ਵਾਲਿਆਂ ਦੇ ਵਿੱਚੋਂ ਸਭ ਤੋਂ ਹੀ ਖਰਾਬ ਘਰ ਵਾਲਾ ਇਹਦੇ 3-4 ਰਿਕਾਰਡ ਮੈਂ ਗਿਨੀਜ਼ ਬੁੱਕ ਦੇ ਵਿੱਚ ਦਰਜ ਕਰਵਾਉਣੇ ਨੇ ਬਹੁਤ ਹੀ ਜਲਦ ਤੂੰ ਅੱਜ ਖਵਾ ਹੀ ਬੜਾ ਦਿੱਤਾ ਯਾਰ ਇੰਨਾ ਸਵਾਦ ਖਵਾਇਆ ਤੂੰ ਕਹਿੰਦਾ ਸੀ ਰੈਸਟੋਰੈਂਟ ਨਾਲੇ ਤੇਰੀ ਚੋਇਸ ਤਾਂ ਨਹੀਂ ਸੀ ਚੋਇਸ ਮੇਰੀ ਸੀ ਪਰ ਤੂੰ ਆਰਡਰ ਹੀ ਬੜਾ ਵਧੀਆ ਕੀਤਾ ਯਾਰ ਅੱਛਾ ਚੋਇਸ ਤੇਰੀ ਸੀ ਸਾਰੇ ਕਹਿੰਦੇ ਫੂਡ ਵਧੀਆ ਨਹੀਂ ਸੀਗਾ ਹੁਣ ਮੈਂ ਤੈਨੂੰ ਇਹੀ ਕਹਾਉਣਾ ਸੀਗਾ ਹੁਣ ਦੇਖ ਲਓ ਇਹ ਕਹਿੰਦਾ ਵੀ ਮੇਰੀ ਚੋਇਸ ਦਾ ਸੀਗਾ ਮੈਂ ਲੈ ਕੇ ਗਿਆ ਸੀਗਾ ਪਰ ਕਿਸੇ ਨੇ ਲਾਈਕ ਨਹੀਂ ਕੀਤਾ ਬਾਏ ਗੁੱਡ ਨਾਈਟ ਦੇਖੀ ਮਾਨਤ ਕੇ ਉਹ ਸ਼ਨੈਲ ਨੂੰ ਕਹੀ ਜਾਂਦੇ ਮਾਨਤ ਵੀ ਆ ਜਾ ਇਹ ਕਿਸੇ ਨੂੰ ਸੌਣ ਨਹੀਂ ਦਿੰਦੀ ਉਹਨੇ ਵਿਚਾਰੀ ਨੇ ਨੀਂਦ ਨਹੀਂ ਕਰਨੀ ਮਾਨੀ ਹਾਂ ਚਲ ਮੈਂ ਇਹਨੂੰ ਕਰੂੰ ਹਾਏ ਉਹ ਕਹਿੰਦੀ ਨਾ ਸੋ ਮਾਨਤ ਕਹਿੰਦੀ ਨਾ ਖੇਡ ਸ਼ਨੈਲ ਕਹਿੰਦੀ
ਆਏ ਰੁਸ਼ ਹੋ ਗਿਆ ਤੈਨੂੰ ਖੇਡ ਨਹੀਂ ਲਾਉਂਦੀ ਤੂੰ ਬਹਿ ਜਾ ਉਹਦੇ ਕੋਲੇ ਬਹਿ ਜਾ ओके गाइस हुण शनैल ना बहुत ज्यादा रोन लग गई हुण आपां इहनूं सुवा दईए ते फिर सवेरे उठना वी अर्ली एंड फिर कल नूं वी घूमना बाय बाय गाइस थैंक यू फॉर वॉचिंग आवर व्लॉग एंड सपोर्टिंग अस एंड लविंग सो मच बाय 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 नेक्स्ट व्लॉग दे विच मिलदे आं गाइस थैंक यू तुहाडे सारयां दा बाय बाय